ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਦੱਸ ਰਹੇ ਨੇ ਕਿ ਜਿਹੜਾ ਜੀਵ ਹੈ ਜਿਹੜਾ ਜੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਨੂੰ ਆਪਣੀ ਸੁਰਤ ਦੇ ਵਿੱਚ ਹਮੇਸ਼ਾ ਰੱਖਦਾ ਹੈ ਉਹ ਨਾਮ ਦੀ ਬਰਕਤ ਦੀ ਸਦਕਾ ਪਰਮਾਤਮਾ ਉਸ ਤੇ ਸਾਰੇ ਕੰਮ ਜਿਹੜੇ ਆ ਉਹ ਸਿਰੇ ਚੜ ਦੁੰਦਾ ਤੇ ਜਦੋਂ ਉਸ ਪਰਮਾਤਮਾ ਦਾ ਦੀ ਸਿਫਤ ਸਲਾਹ ਕਰਦੇ ਹਾਂ ਇਹੀ ਸਭ ਤੋਂ ਵੱਡੀ ਜਿਹੜੀ ਪੂਜਾ ਹੈ ਇਹੀ ਸਭ ਤੋਂ ਵੱਡਾ ਦਾਨ ਪੁੰਨ ਹੈ ਕਿਉਂਕਿ ਉਸ ਦੀ ਸਿਫਤ ਸਲਾਹ ਕਰਦੇ ਆ ਮੰਨੂ ਸੁਖ ਮਿਲਦਾ ਹੈ ਮੰਨੂ ਸ਼ਾਂਤੀ ਮਿਲਦੀ ਹੈ ਪਰ ਇਹ ਹੁੰਦਾ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੈ ਅਤੇ ਜਦੋਂ ਪਰਮਾਤਮਾ ਕਿਰਪਾ ਕਰ ਦੇਵੇ ਸਰਤ ਦੇ ਵਿੱਚ ਨਾਮ ਹਰ ਸਮੇਂ ਚੱਲਦਾ ਰਹੇ ਫਿਰ ਪਰਮਾਤਮਾ ਚੰਗੇ ਮਾੜੇ ਕਰਮਾਂ ਦੀ ਜਿਹੜੀ ਲਿਸਟ ਹੈ ਉਹ ਉਸ ਇਨਸਾਨ ਦੀ ਖੋਲਦਾ ਨਹੀਂ ਹੈਗਾ ਸੋ ਹਰ ਸਮੇਂ ਮਨੁੱਖ ਜਿਹੜਾ ਹੈ ਉਸ ਕ੍ਰੂਦ ਦੀ ਕਿਰਪਾ ਦੇ ਨਾਲ ਉਸ ਸ਼ਬਦੀ ਮਾਲਾ ਨੂੰ ਪਰੋਕੇ ਆਪਣੇ ਗਲੇ ਦੇ ਵਿੱਚ ਪਾ ਲੈਂਦਾ ਹੈ ਤੇ ਇਹੀ ਉਹਦਾ ਨੈਕਲੈਸ ਹੈ ਸੋ ਪਿਆਰਿਓ ਆਪਾਂ ਵੀ ਉਸ ਗੁਰੂ ਦੀ ਸ਼ਰਨ ਦੇ ਵਿੱਚ ਜਾਈਏ ਉਸ ਦਾ ਨਾਮ ਜਪੀਏ ਉਸ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਆਪਣੇ ਨਾਮ ਬਾਣੀ ਦੇ ਨਾਲ ਜੋੜੋ ਮੈਨੂੰ ਵੀ ਸ਼ਬਦ ਦੇ ਵਿੱਚ ਰਤੋ ਜੀ